सत श्री अकाल, मैं थोड़ा लखविंदर सिंह जी। आज मेरे चैनल पर नवे है, मेरे चैनल सबसक्राइब कर दो, बेल आइकन का बटन दबा दो, जो वीडियो की आने वाली नवीं तो नवी नोटिफिकेशन आप तक पहुँच रहे। जो आप चाहते मैं किसी सॉन्ग पर रिएक्शन देव तो यह मेरी इंस्टाग्राम की आईडी है, आप भी मैंने इंस्टाग्राम से लिंक सेंड कर सकते हो, मैं उस सॉन्ग पर जरूर रिएक्शन देवगा। सो अज जी असं वीडियो लैके आए हाँ, वो वीडियो है कुलबीर झिंजरवीर जी का, तरसेम जसरवीर जी का सोंग है। सोंग का नाम है धरना। आओ देखना करते हैं सोंग की गल की है, नाल दी नाल सोंग नू देखना करांगे ते नाल दी नाल सोंग ते रिएक्शन करदे आं। आओ सोंग नू देखना करिए। सरकारियां च पड़िया कसड़ा दा लाणा ए, मेर बाबे दी ऐ पूरी कोई उच्चा ना कराणा ए। थोड़ी उन्हां नाल डिनरां दी सांझ ऐ जिहड़े साडी कौम दे कतार ने। असीं ओ जिहड़े धरने ते रहिंदे आ, तुसीं ओ जो चलाउंदे सरकार ने। असीं ओ जिहड़े धरने ते रहिंदे आ, तुसीं ओ जो चलाउंदे सरकार ने। असी नित डांगा खाइए साडे हक्कां दे लई, तुसी वंड दे खैरात पैसा राज सत्ता दे लई। असी नित डांगा खाइए साडे हक्कां दे लई, तुसी वंड दे खैरात पैसा राज सत्ता दे लई। साडे मुक्त जांदे दे ते शहीदियां थोड़े तख्तां ते बैण लई तैयार ने। असीं ओ जिहड़े धरने ते रहिंदे आ, तुसीं ओ जो चलाउंदे सरकार ने। असीं ओ जिहड़े धरने ते रहिंदे आ, तुसीं ओ जो चलाउंदे सरकार ने। मंगे राज नहीं ओ मिलदे, ए तां मल्लणे पैंदे ने। ना जुल्म कदे रुकदे, ए तां ठल्लणे पैंदे ने। मंगे राज नहीं ओ मिलदे, ए तां मल्लणे पैंदे ने। ना जुल्म कदे रुकदे, ए तां ठल्लणे पैंदे ने। पन मन्ने आके सबरां नू मारिया, पर सदा लई ना सुते हथियार ने। असीं ओ जिहड़े धरने ते रहिंदे आ, तुसीं ओ जो चलाउंदे सरकार ने। असीं ओ जिहड़े धरने ते रहिंदे आ, तुसीं ओ जो चलाउंदे सरकार ने। सच आउंदा नहीं ओ अके, सदा दबिया जांदा है। बेबाक होके बोले जे बंदा वटिया जांदा है। सच आउंदा नहीं ओ अके, सदा दबिया जांदा है। बेबाक होके बोले जे बंदा वटिया जांदा है। जो असी खबरां नू सच मन लैने आ, ए थोड़े ही चलाए अखबार ने। असी ओ जिहड़े धरने ते रहिंदे आ, तुसीं ओ जो चलाउंदे सरकार ने। असी ओ जिहड़े धरने ते रहिंदे आ, तुसीं ओ जो चलाउंदे सरकार ने। ये सी जो कुलबीर झिंजरवीर जी का गाया हुआ सोंग है, तर
ਤੇ ਬਹੁਤ ਹੀ ਸੋਹਣਾ ਗਾਇਆ ਹੋਇਆ ਹੈ ਸੌਂਗ ਦੀ ਗੱਲ ਕੀਤੀ ਹੈ ਸੌਂਗ ਦੇ ਵਿੱਚ ਕਿ ਸਰਕਾਰੀਆਂ ਚ ਪੜਿਆ ਜੱਸੜਾਂ ਦਾ ਲਾਣਾ ਹੈ ਮਿਹਰ ਬਾਬੇ ਦੀ ਹੈ ਪੂਰੀ ਕੋਈ ਉੱਚਾ ਨਾ ਘਰਾਣਾ ਹੈ ਕਹਿੰਦੇ ਕੋਈ ਉੱਚੇ ਘਰਾਣੇ ਚੋਣੀ ਹੈ ਬਾਬੇ ਦੀ ਮਿਹਰ ਪੂਰੀ ਹੈ ਯਾਦ ਰੱਖਿਓ ਮੇਨ ਗੱਲ ਇਹ ਹੁੰਦੀ ਹੈ ਕਿ ਤੁਸੀਂ ਪੈਸਿਆਂ ਕਰਕੇ ਅਮੀਰ ਨਹੀਂ ਹੁੰਦੇ ਤੁਸੀਂ ਆਪਣੀਆਂ ਇੱਜ਼ਤਾਂ ਕਰਕੇ ਤੁਸੀਂ ਆਪਣੀਆਂ ਅਣਖਾਂ ਕਰਕੇ ਤੁਸੀਂ ਆਪਣੇ ਗੁਣਾਂ ਕਰਕੇ ਅਮੀਰ ਹੁੰਦੇ ਹੋ ਨਾ ਕਿ ਕੋਈ ਪੈਸੇ ਕਰਕੇ ਅਮੀਰ ਹੁੰਦਾ ਹੈ ਤੇ ਪੈਸੇ ਕਰਕੇ ਅਮੀਰ ਹੁੰਦੇ ਨੇ ਕਈ ਪਰ ਉਹਨਾਂ ਅੰਦਰ ਗੁਣ ਨਹੀਂ ਹੁੰਦੇ ਤੇ ਉਹ ਗੁਣ ਨਾ ਜੇ ਹੋਣ ਤੇ ਅਮੀਰੀ ਕਾਹਦੀ ਅਮੀਰੀ ਯਾਰ ਤੁਹਾਡੀ ਉਹਨਾਂ ਨਾਲ ਦਿਨ ਰਾਤ ਸਾਂਝ ਹੈ ਜਿਹੜੀ ਸਾਡੇ ਕੌਮ ਦੇ ਗੱਦਾਰ ਨੇ ਕਹਿੰਦੇ ਤੁਹਾਡੀ ਤਾਂ ਸਾਂਝ ਉਹਨਾਂ ਨਾਲ ਹੈ ਜਿਹੜੇ ਦਿਨ ਰਾਤ ਕੌਮ ਦੇ ਗੱਦਾਰ ਨੇ ਤੇ ਅੱਜ ਯਾਰ ਗੱਦਾਰੀ ਕਰਦੇ ਨੇ ਸਾਡੀ ਕੌਮ ਦੇ ਨਾਲ ਕਈ ਸਾਡੇ ਵਿੱਚ ਵੜ ਕੇ ਗੱਦਾਰੀ ਕਰਦੇ ਨੇ ਕਈ ਸਾਡੇ ਦਸਤਾਰਾਂ ਬੰਨੀਆਂ ਹੋਈਆਂ ਸਾਡੀਆਂ ਸਰਕਾਰਾਂ ਜਿਹੜੀਆਂ ਸਾਡੇ ਕਿਸਾਨ ਵੀਰਾਂ ਦੇ ਨਾਲ ਧੱਕਾ ਕਰਦੇ ਨੇ ਕਈ ਇੱਥੋਂ ਤੱਕ ਜਿਹੜੇ ਦਸਤਾਰਾਂ ਬੰਨ ਕੇ ਤੇ ਉਹਨਾਂ ਆਪਣੇ ਭਰਾਵਾਂ ਤੇ ਆਪਣੇ ਵੀਰਾਂ ਤੇ ਡਾਂਗਾ ਚਲਾਉਂਦੇ ਨੇ ਯਾਰ ਤੇ ਕਹਿੰਦੇ ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਹਾਂ ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ ਕਹਿੰਦੇ ਅਸੀਂ ਉਹ ਹਾਂ ਜਿਹੜੇ ਧਰਨਿਆਂ ਤੇ ਬੈਠੇ ਰਹੀਦਾ ਏ ਜਿਹੜੇ ਆਪਣੇ ਹੱਕਾਂ ਪ੍ਰਤੀ ਆਪਣੇ ਹੱਕਾਂ ਦੀ ਗੱਲ ਕਰਦੇ ਰਹੀਦਾ ਤੁਸੀਂ ਉਹ ਜਿਹੜੇ ਫੈਸਲਿਆਂ ਕਰਨ ਵਾਲੇ ਤੁਸੀਂ ਉਹ ਜਿਹੜੇ ਕੁਰਸੀਆਂ 'ਤੇ ਚੌਧਰਦਾਰੀਆਂ ਘੋਟਣ ਵਾਲੇ ਹੋ ਅਸਲੀ ਕਿਸਾਨ ਉਹੀ ਹੁੰਦਾ ਜਿਹੜਾ ਆਪਣੇ ਹੱਕਾਂ ਪ੍ਰਤੀ ਖੜਦਾ ਹੁੰਦਾ ਯਾਦ ਰੱਖੋ ਇਹ ਕਿਸਾਨੀ ਹੱਕ ਇਕੱਲੇ ਕਿਸਾਨਾਂ ਦਾ ਨਹੀਂ ਹੈ ਇਹ ਕਿਸਾਨੀ ਹੱਕ ਸਾਡੇ ਸਾਰਿਆਂ ਦਾ ਹੱਕ ਹੈ ਯਾਰ ਸਾਡੇ ਸਾਰਿਆਂ ਦੇ ਘਰ ਦੇ ਵਿੱਚ ਰੋਟੀ ਪੱਕਦੀ ਹੈ ਜਿਹੜੇ ਕਿਸਾਨ ਦੀ ਬੀਜੀ ਹੋਈ ਹੈ ਤੇ ਉਹਨਾਂ ਕਿਸਾਨਾਂ ਦੇ ਨਾਲ ਖੜੋ ਜਿਨ੍ਹਾਂ ਦਾ ਬੀਜਿਆ ਹੋਇਆ ਅੰਨ ਖਾਂਦੇ ਹੋ ਅਸੀਂ ਨਿੱਤ ਡਾਂਗਾ ਖਾਈਏ ਆਪਣੇ ਹੱਕਾਂ ਦੇ ਲੜਾਈ ਤੁਸੀਂ ਰਵੰਡ ਦੇ ਹਾਲਾਤ ਪੈਸਾ ਰਾਜ ਸੱਤਾ ਦੇ ਲਈ ਕਹਿੰਦੇ ਅਸੀਂ ਨਿੱਤ ਡਾਂਗਾ ਖਾਂਦੇ ਹਾਂ ਆਪਣੇ ਹੱਕਾਂ ਮੰਗਣ ਵਾਸਤੇ ਤੇ ਤੁਸੀਂ ਰਾਜ ਸੱਤਾ ਵਾਸਤੇ ਪੈਸੇ ਵੰਡਦੇ ਫਿਰਦੇ ਹੋ ਯਾਦ ਰੱਖਿਓ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਕਮੀ ਸਾਡੇ ਵਿੱਚ ਵੀ ਆ ਜਾਂਦੀ ਹੈ ਜਿਹੜੀ ਕਮੀ ਕਰਕੇ ਅਸੀਂ ਯਾਰ ਜਦੋਂ ਉਹਨਾਂ ਨੂੰ ਚੁਣਨਾ ਹੁੰਦਾ ਸਰਕਾਰਾਂ ਚੁਣਨੀਆਂ ਹੁੰਦੀਆਂ ਕੋਈ ਟਕੇ ਟਕੇ ਦੇ ਪੈਸਿਆਂ 'ਤੇ ਕੋਈ ਬੋਤਲਾਂ ਪਿੱਛੇ ਵਿਕ ਜਾਂਦਾ ਯਾਰ ਕੋਈ ਸ਼ਰਾਬ ਪਿੱਛੇ ਵਿਕ ਜਾਂਦਾ ਹੈ ਇਸ ਕਰਕੇ ਜਦੋਂ ਇਹ ਸਾਡੀਆਂ ਸਰਕਾਰਾਂ ਸਾਡੇ ਕੋਲ ਵੋਟਾਂ ਮੰਗਣ ਆਉਣ ਨਾ ਇਹਨਾਂ ਨਾਲ ਗੱਲ ਕਰਿਆ ਕਰੀਏ ਕਿ ਅੱਜ ਕਿਸਾਨ ਵੀਰਾਂ ਨਾਲ ਧੱਕਾ ਹੋ ਰਿਹਾ ਹੈ ਉਸ ਕਿਸਾਨ ਵੀਰਾਂ ਦੇ ਨਾਲ ਅਸੀਂ ਖੜੇ ਹਾਂ ਨਾ ਕਿ ਤੁਹਾਡੀਆਂ ਬੋਤਲਾਂ ਦੇ ਲਾਲਚਾਂ ਪਿੱਛੇ ਅਸੀਂ ਨਹੀਂ ਵਿਕਣ ਵਾਲੇ ਇਸ ਕਰਕੇ ਜਿਨ੍ਹਾਂ ਦੇ ਹੱਥ 'ਚ ਪਾਵਰ ਹੁੰਦੀ ਉਹ ਪੈਸਾ ਦੇ ਕੇ ਕਿਸੇ ਨੂੰ ਵੀ ਖਰੀਦ ਲੈਂਦਾ ਹੈ ਪਰ ਯਾਦ ਰੱਖਿਓ ਅੱਜ ਜਿਹੜੇ ਕਿਸਾਨ ਵੀਰ ਬੈਠੇ ਹੋਏ ਨੇ ਆਪਣੇ ਹੱਕਾਂ ਪ੍ਰਤੀ ਉਹ ਖਰੀਦੇ ਨਹੀਂ ਜਾਣਗੇ ਅੱਜ ਜਿਹੜੇ ਕਿਸਾਨ ਵੀਰ ਖੜੇ ਨੇ ਉਹ ਤੁਹਾਡੇ ਪੈਸਿਆਂ ਦੇ ਨਾਲ ਉਹ ਤੁਹਾਡੀ ਸੱਤਾ ਦੇ ਨਾਲ ਵਿਕਣ ਵਾਲੇ ਨਹੀਂ ਹੈ ਵਿਕਦੇ ਉਹ ਹੁੰਦੇ ਨੇ ਜਿਹੜੀਆਂ ਮਰੀਆਂ ਜ਼ਮੀਰਾਂ ਵਾਲੇ ਹੁੰਦੇ ਨੇ ਤੇ ਜਿਹੜੇ ਪੈਸੇ ਕਰਕੇ ਸਟਾਰ ਵਧਾਉਣ ਕਰਕੇ ਆਪਣੇ ਕਿਸਾਨਾਂ ਵੀਰਾਂ 'ਤੇ ਹਮਲੇ ਕਰਦੇ ਨੇ ਯਾਰ ਕਹਿੰਦੇ ਸਾਡੇ ਮੁੱਕ ਜਾਂਦੇ ਦੇ ਸ਼ਹੀਦੀਆਂ ਤੁਹਾਡੇ ਤਖਤਾਂ 'ਤੇ ਬਹਿਣ ਲਈ ਤਿਆਰ ਨੇ ਕਹਿੰਦੇ ਸਾਡੇ ਸ਼ਹੀਦੀਆਂ ਦੇ ਕੇ ਮੁੱਕ ਜਾਂਦੇ ਨੇ ਸਾਡੇ ਤੁਹਾਡੇ ਤਖਤ ਇੱਕ ਬੈਠਾ ਹੁੰਦਾ ਅਤੇ ਦੂਜਾ ਬੈਠਣ ਲਈ ਤਿਆਰ ਬੈਠਾ ਹੁੰਦਾ ਇਸ ਕਰਕੇ ਯਾਰ ਤਖਤਾਂ ਵਾਲੇ ਹੋ ਜਿਨ੍ਹਾਂ ਨੇ ਤਖਤਾਂ 'ਤੇ ਤੁਹਾਨੂੰ ਬਿਠਾਇਆ ਨਾ ਉਹਨਾਂ ਦੀ ਲਾਜ ਰੱਖੋ ਜਿਨ੍ਹਾਂ ਕਰਕੇ ਤੁਸੀਂ ਆਹ ਪੋਸਟਾਂ 'ਤੇ ਪਹੁੰਚੇ ਹੋਏ ਹੋ ਨਾ ਜਿਨ੍ਹਾਂ ਤੱਕ ਕਰਕੇ ਤੁਸੀਂ ਆਹ ਮੰਤਰੀ ਬਣੇ ਹੋਏ ਹੋ ਜਿਨ੍ਹਾਂ ਕਰਕੇ MLA ਬਣੇ ਹੋਏ ਹੋ ਉਸ ਪ੍ਰਜਾ ਦਾ ਵੀ ਖਿਆਲ ਰੱਖੋ ਜਿਹੜੀ ਪ੍ਰਜਾ ਕਰਕੇ ਤੁਸੀਂ ਅੱਜ ਕੁਰਸੀ 'ਤੇ ਬੈਠੇ ਹੋਏ ਹੋ ਉਸ ਪ੍ਰਜਾ ਨਾਲ ਉਸ ਕਿਸਾਨ ਵੀਰਾਂ ਨਾਲ ਨਾ ਧੱਕਾ ਕਰੋ ਯਾਰ ਪਹਿਲੇ ਪਹਿਲੇ ਦੇ ਵਿੱਚ ਗੱਲ ਕੀਤੀ ਹੈ ਮੰਗੇ ਰਾਜ ਨਹੀਂ ਉਹ ਮਿਲਦੇ ਇਹ ਤਾਂ ਮੱਲਣੇ ਪੈਂਦੇ ਨੇ ਹਾਂ ਜ਼ੁਲਮ ਕਦੇ ਮੁੱਕਦੇ ਇਹ ਤਾਂ ਠੱਲਣੇ ਪੈਂਦੇ ਨੇ ਕਹਿੰਦੇ ਰਾਜ ਮੰਗਿਆ ਮਿਲਦੇ ਨਹੀਂ ਹੁੰਦੇ ਇਹ ਤਾਂ ਮੱਲਣੇ ਪੈਂਦੇ ਨੇ ਰਾਜ ਲੈਣਾ ਪੈਂਦਾ ਹੈ ਕਰਕੇ ਯਾਦ ਰੱਖਿਓ ਕੋਈ ਜਦੋਂ ਧੱਕਾ ਸਾਡੇ ਨਾਲ ਕਰਨ ਲੱਗ ਜਾਵੇ ਨਾ ਤੇ ਜਿੰਨਾ ਤੱਕ ਅਸੀਂ ਨਾ ਉਹਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਾਂਗੇ ਉਹਨਾਂ ਤੱਕ ਉਹ ਧੱਕਾ ਸਾਡੇ 'ਤੇ ਕਰਦਾ ਰਹੇਗਾ ਜਦੋਂ ਅੱਖਾਂ ਦੇ ਅੱਖਾਂ ਵਿੱਚ ਪਾਉਣ ਵਾਲਾ ਆ ਜਾਂਦਾ ਨਾ ਜਦੋਂ ਜ਼ੁਲਮ ਕਰਨ ਵਾਲਾ ਆ ਜਾਂਦਾ ਇਹਨਾਂ ਦਾ ਫਿਰ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਅਸੀਂ ਗੱਲ ਕਰਾਂਗੇ ਤੇ ਉਹ ਜ਼ੁਲਮ ਵੀ ਅਗਲੇ ਦਾ ਠੱਲ ਜਾਂਦਾ ਹੈ ਤੇ ਠੱਲਣ ਵਾਸਤੇ ਸਾਨੂੰ ਅੱਖਾਂ ਦੇ ਵਿੱਚ ਅੱਖਾਂ ਪਾਉਣੀਆਂ ਪੈਣਗੀਆਂ ਸਾਨੂੰ ਉਹਨਾਂ ਦੀ ਪਾਵਰ ਵਰਗਾ ਅੱਗੇ ਖੜਨਾ ਪਵੇਗਾ ਤੁਸੀਂ ਗੁਲਾਮੀ ਕਰਾਉਣਾ ਚਾਹੁੰਦੇ ਹੋ ਅਸੀਂ ਤੁਹਾਡੀਆਂ ਗੁਲਾਮੀਆਂ ਕਰਨ ਵਾਸਤੇ ਤਿਆਰ ਨਹੀਂ ਬੈਠੇ ਹੋਏ ਅਸੀਂ ਆਪਣੇ ਹੱਕਾਂ ਵਾਸਤੇ ਹਮੇਸ਼ਾ ਤਿਆਰ ਹਾਂ ਬੰਨ ਮੰਨਿਆ ਕਿ ਸਬਰਾਂ ਨੂੰ ਮਾਰਿਆ ਪਰ ਸਦਾ ਲਈ ਨਾ ਸੁੱਟੇ ਹਥਿਆਰ ਨੇ ਕਹਿੰਦੇ ਬੰਨ ਅਸੀਂ ਮਾਰਿਆ ਹੋਇਆ ਸਬਰਾਂ ਦਾ ਪਰ ਸਦਾ ਲਈ ਹਥਿਆਰ ਨਹੀਂ ਸੁੱਟੇ ਯਾਦ ਰੱਖਿਓ ਜੇ ਕੋਈ ਅੱਜ ਚੁੱਪ ਕਰਕੇ ਬੈਠਦਾ ਇਹਦਾ ਚੁੱਪ ਕਰਕੇ ਧਰਨਿਆਂ 'ਤੇ ਬੈਠਦੇ ਹੋ ਜੇ ਤੁਸੀਂ ਡਾਂਗਾ ਚਲਾਉਂਦੇ ਹੋ ਨਾ ਤੇ ਜਿਸ ਦਿਨ ਉਹ ਡਾਂਗਾ ਚਲਾਉਣ 'ਤੇ ਆ ਗਏ ਨਾ ਫਿਰ ਤੁਹਾਨੂੰ ਵੀ ਫਿਰ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ ਇਸ ਕਰਕੇ ਯਾਰ ਜੇ ਉਹ ਸ਼ਾਂਤਮਈ ਦੇ ਨਾਲ ਬੈਠੇ ਹੋਏ ਨਾ ਤੇ ਤੁਸੀਂ ਸ਼ਾਂਤਮਈ ਨਾ ਉਹ ਤੁਹਾਡੇ 'ਤੇ ਕੋਈ ਵਾਰ ਥੋੜ੍ਹਾ ਕਰਦੇ ਨੇ ਤੁਹਾਡੇ ਨਾਲ ਧੱਕਾ ਥੋੜ੍ਹਾ ਕਰਦੇ ਨੇ ਆਪਣਾ ਹੱਕ ਹੀ ਤਾਂ ਮੰਗਦੇ ਨੇ ਉਹ ਕਿਹੜਾ ਤੁਹਾਡੀਆਂ ਜ਼ਮੀਨਾਂ ਦਬਣਾ ਰਹੇ ਨੇ ਯਾਰ ਇਸ ਕਰਕੇ ਕਿਸਾਨ ਵੀਰ ਹੱਕਾਂ ਵਾਸਤੇ ਖੜ੍ਹੇ ਨੇ ਕਿਸੇ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨ ਵਾਸਤੇ ਨਹੀਂ ਆਏ ਹੋ ਸੱਚ 'ਤੇ ਗੱਲ ਕੀਤੀ ਹੈ ਸੱਚ ਆਉਂਦਾ ਨਹੀਂ ਅੱਗੇ ਇਹ ਤਾਂ ਦੱਬਿਆ ਜਾਂਦਾ ਹੈ ਕਹਿੰਦੇ ਸੱਚ ਆਉਂਦਾ ਨਹੀਂ ਉਹ ਅੱਗੇ ਇਹ ਤਾਂ ਹਮੇਸ਼ਾ ਦੱਬਿਆ ਜਾਂਦਾ ਹੈ ਯਾਦ ਰੱਖਿਓ ਸਮਾਂ ਪਾ ਕੇ ਇੱਕ ਨਾ ਇੱਕ ਦਿਨ ਫਿਰ ਸੱਚਾਈ ਜਦ ਸਾਹਮਣੇ ਆਉਂਦੀ ਹੈ ਨਾ ਤੇ ਜਿਹੜਾ ਝੂਠਾ ਹੁੰਦਾ ਹੈ ਲਾਣਤਾਂ ਦਾ ਹੱਕਦਾਰ ਬਣਦਾ ਹੈ ਫਿਰ ਵਾਕ ਹੋ ਕੇ ਬੋਲੇ ਬੰਦਾ ਵੱਢਿਆ ਜਾਂਦਾ ਹੈ ਕਹਿੰਦੇ ਜੇ ਕਿ ਖੁੱਲ੍ਹ ਕੇ ਬੋਲੇ ਸੱਚਾਈ ਦੀ ਗੱਲ ਕਰੇ ਤੇ ਇੱਥੇ ਕਈ ਵੱਢਣ ਆਉਂਦੇ ਨੇ ਇੱਥੇ ਕਈ ਮਾਰਨ ਆਉਂਦੇ ਨੇ ਕਿਉਂ ਕਿਉਂਕਿ ਤੂੰ ਸੱਚ ਬੋਲਦਾ ਹੈ ਸੱਚ ਬੋਲੇਗਾ ਨਾ ਤੇ ਉਹਨੂੰ ਮਾਰਨ ਆਉਣਗੇ ਉਹ ਮਾਰਨ ਆਉਂਦੇ ਨੇ ਜਿਹੜੇ
ਝੂਠੇ ਹੁੰਦੇ ਨੇ ਜੋ ਅਸੀਂ ਖਬਰਾਂ ਨੂੰ ਸੱਚ ਮੰਨ ਲੈਨੇ ਆ ਉਹ ਤੁਹਾਡੇ ਹੀ ਚਲਾਈ ਅਖਬਾਰ ਨੇ ਕਹਿੰਦੇ ਜਿਹੜੀਆਂ ਅਸੀਂ ਖਬਰਾਂ ਨੂੰ ਸੱਚ ਮੰਨ ਲੈਨੇ ਆ ਨਾ ਜਾਂ ਟੀਵੀ ਚੈਨਲਾਂ ਤੇ ਜਿਹੜੀਆਂ ਖਬਰਾਂ ਚੱਲਦੀਆਂ ਨੇ ਉਹ ਤੁਹਾਡੇ ਚਲਾਏ ਹੋਏ ਚੈਨਲ ਨੇ ਉਹ ਤੁਹਾਡੀਆਂ ਚਲਾਈਆਂ ਹੋਈਆਂ ਅਖਬਾਰਾਂ ਨੇ ਜਿਹੜੀਆਂ ਯਾਰ ਕਈਆਂ ਕਿਸਾਨਾਂ ਨੂੰ ਇੱਥੋਂ ਤੱਕ ਅੱਤਵਾਦੀ ਕਿਹਾ ਗਿਆ ਯਾਰ ਕਿ ਆ ਜਿਹੜੀ ਚੈਨਲਾਂ ਤੇ ਤੁਸੀਂ ਝੂਠੀਆਂ ਖਬਰਾਂ ਪਲਾਉਂਦੇ ਹੋ ਨਾ ਤੇ ਝੂਠੀਆਂ ਖਬਰਾਂ ਨਾ ਪਲਾਓ ਜੇ ਅਸਲੀ ਸੱਚਾਈ ਦਿਖਾਉਣੀ ਚਾਹੁੰਦੇ ਤੇ ਧਰਨਿਆਂ ਦੇ ਵਿੱਚ ਜਾ ਕੇ ਅਸਲੀ ਸੱਚਾਈ ਦੇਖੋ ਜਿਹੜੇ ਕਿਸਾਨ ਵੀਰ ਆਪਣੇ ਅੱਤ ਦੀ ਸਰਦੀ ਦੇ ਨਾਲ ਅੱਤ ਦੀ ਗਰਮੀ ਦੇ ਨਾਲ ਤੇ ਅੱਤ ਦੀ ਬਾਰਿਸ਼ ਦੇ ਨਾਲ ਆਪਣੇ ਆਪ ਨੂੰ ਕਿਵੇਂ ਹੰਡਾ ਰਹੇ ਨੇ ਉਹਨਾਂ ਦਾ ਅਸਲੀ ਸੱਚਾਈ ਦਿਖਾਓ ਉਹਨਾਂ ਨੂੰ ਜਾ ਕੇ ਇਸ ਕਰਕੇ ਝੂਠੀਆਂ ਖਬਰਾਂ ਨਾ ਪਲਾਓ ਸੋ ਬਹੁਤ ਹੀ ਵਧੀਆ ਕੁਲਵੀਰ ਚਿੰਜਰ ਵੀ ਜੀ ਦਾ ਇਹ ਜਗਾਇਆ ਹੋਇਆ ਸੌਂਗ ਤੇ ਤਾਂ ਸੇਮ ਜੱਸੜ ਵੀਰ ਜੀ ਦਾ ਇਹ ਲਿਖਿਆ ਹੋਇਆ ਸੌਂਗ ਹੈ ਜੀ ਦੱਸਣਾ ਕਰਨਾ ਆਪ ਜੀ ਨੂੰ ਸੌਂਗ ਕਿਵੇਂ ਦਾ ਲੱਗਾ ਆਪ ਜੀ ਨੂੰ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ ਜੇ ਆਪ ਜੀ ਮੇਰੇ ਚੈਨਲ ਤੇ ਨਵੇਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਰਵੇ ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।